ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਕਿਰਪਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਮੁਰਖਤਾ 'ਤੇ ਹੋ ਰਹੀ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਅੱਗੇ ਦਾਸ ਕੀਤੀ ਕਿ ਸਾਨੂੰ ਸਿਮਤ ਬਖਸ਼ੇ, ਬਲ ਬਖਸ਼ੇ। ਹਲਕਾ ਟਾਰੀ ਦੀਆਂ ਸੰਗਤਾਂ ਨੂੰ ਕਈ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਦੀ ਜਿਹੜੀ ਸੇਵਾ ਉਹ ਸੰਗਤਾਂ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ, ਟਾਰੀ ਦੀਆਂ ਹਲਕਾਂ ਦੇ ਸਲਕੇ ਦੇ ਸਹਿਯੋਗ ਸਦਕਾ ਉਹ ਕਰਾ ਸਕੀਏ। ਅੱਗੇ ਵੀ ਪਿੱਛੇ ਵੀ ਇੱਕ ਦੋ ਵਾਰ ਹੀ ਕਿਰਪਾ ਗੁਰੂ ਦੀ ਬਖਸ਼ਿਸ਼ ਹੋਈ ਸੀ, ਉਹ ਸੇਵਾ ਹੋਈ। ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਸੁਰਿੰਦਰ ਕੌਰ ਬਾਦਲ ਜੀ, ਜਿਨ੍ਹਾਂ ਨੇ ਹਲਕੇ ਵਾਇਜ ਕੜੀ ਜਿਹੜੀ ਸੰਗਤਾਂ ਨੂੰ ਬੇਨਤੀ ਕਰਕੇ ਗੁਰੂ ਦਾ ਆਸ਼ੀਰਵਾਦ ਸਦਕਾ ਲੈ ਕੇ ਸ਼ੁਰੂ ਕਰਾਈ ਸੀ ਹਲਕੇ ਵਾਇਜ। ਸਾਡੀ ਮਨਸਿਕ ਥੋੜ੍ਹੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਛੋੜਾ ਦੇ ਕੇ ਚਲੇ ਗਏ ਸੰਸਾਰ ਤੋਂ। ਉਹਨੂੰ ਕੜੀ ਵਜੋਂ ਹੀ ਅੱਜ ਅਸੀਂ ਫਿਰ ਗੁਰੂ ਅੱਗੇ ਜਦੋਂ ਰਾਜ ਕੀਤੀ ਮਹਾਰਾਜ ਅੱਗੇ ਕਿ ਸਾਨੂੰ ਹਿੰਮਤ ਬਖਸ਼, ਬਲ ਬਖਸ਼ ਹੀ ਸੇਵਾ ਕਰ ਸਕੀਏ। ਉਹ ਗੁਰੂ ਨੇ ਬਖਸ਼ਿਸ਼ ਕੀਤੀ, ਸੇਵਾ ਮੌਕਾ ਦਿੱਤਾ। ਮੈਂ ਗੁਰੂ ਸਾਹਿਬ ਦਾ, ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ, ਧੰਨਵਾਦ ਕਰਦਾ ਸਮੁੱਚਾ ਹਲਕਾ ਟਾਰੀ ਦੀਆਂ ਸੰਗਤਾਂ ਵੱਲੋਂ, ਜਿਨ੍ਹਾਂ ਨੇ ਆਪੋ ਆਪਣਾ ਤਿਲ ਫੁਲ ਪਾ ਕੇ ਸੰਗਤਾਂ ਨੂੰ ਸਾਰੀਆਂ ਨੇ ਰਲ ਕੇ ਜਿਹੜੀ ਆ ਸੇਵਾ ਪੂਰੇ ਗੁਰੂ ਮਹਾਰਾਜ ਦੇ ਨਗਰ ਦੀ ਜਿਹੜੀ ਹੋਏ ਨੇ, ਅੱਜ ਅਰਦਾਸ ਦੇ ਵਿੱਚ ਵੀ ਸ਼ਾਮਿਲ ਹੋਏ ਆ, ਕੱਲ੍ਹ ਸੇਵਾ ਵੀ ਸੰਗਤਾਂ ਨੇ ਆਪ ਸਮਾਨ ਦੇ ਨਾਲ ਨਾਲ ਜਿੱਥੇ ਸਮਾਨ ਉਹਨਾਂ ਨੇ ਭੇਟਾ ਕੀਤਾ ਉੱਥੇ ਦਿੱਤਾ, ਉਹਦੇ ਨਾਲ ਨਾਲ ਸੇਵਾ ਵੀ ਉਹਨਾਂ ਦੀ ਹੈ। ਅਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ, ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਸਾਰੇ ਗੁਰੂ ਨਾਨਕ ਨਾਮ ਲੇਵਾਂ ਨੂੰ ਵੀ ਸਾਨੂੰ ਹਮੇ ਸਾਰੀਆਂ ਇਹੋ ਜਿਹੀਆਂ ਗੱਲਾਂ ਤਾਂ ਕਿ ਜਦੋਂ ਪਰੰਤੂ ਉਦੋਂ ਤਾਂ ਉੱਠ ਕੇ ਗੁਰੂ ਦੇ ਲੜ ਲੱਗੇ, ਗੁਰੂ ਘਰ ਦੀ ਸੇਵਾ ਜਿੰਨੀ ਵੀ ਕਰ ਸਕੀਏ ਸਮਰਥਾ ਮੁਤਾਬਕ ਉਹ ਕਰੀਏ, ਤਾਂ ਜੋ ਗੁਰੂ ਨੇ ਬਖਸ਼ਿਸ਼ ਕੀਤੀ ਹੈ ਜੀਵਨ ਦੀ, ਜੀਵਨ ਆਪਣਾ ਸਫਲ ਵੀ ਕਰੀਏ, ਸਮਾਜ ਦੇ ਵਿੱਚ ਮਨੁੱਖਤਾ ਦੀ ਸੇਵਾ ਨਾਲ ਵੀ ਜੁੜੀਏ, ਇਸ ਤਰ੍ਹਾਂ ਦੀ ਸੇਵਾ ਗੁਰੂ ਸਾਡੇ ਤੋਂ ਲੈਂਦਾ ਰਹੇ। ਇਹ ਸਾਡੀ ਅੱਜ ਅਰਦਾਸ ਹੈ ਸਾਰਿਆਂ ਦੇ ਸਿਰ 'ਤੇ ਹੱਥਾਂ ਕਰਕੇ, ਸੰਗਤਾਂ ਦੇ ਸਮੁੱਚੀ ਕੌਮ 'ਤੇ ਸਿਰ 'ਤੇ ਹੱਥ ਰੱਖ ਕੇ ਸਾਡੇ 'ਚ ਸੇਵਾ ਭਾਣਾ ਆਵੇ, ਸਾਡੇ ਵਿੱਚ ਹਉਮੇ ਹੰਕਾਰ ਨਾ ਆਵੇ, ਸਾਡੇ ਵਿੱਚ ਦੁਰਤਾ ਨਾ ਆਵੇ, ਸਾਡੇ ਵਿੱਚ ਹੋਰ ਨਾ ਕਿਉਂਕਿ ਮਿਲ ਕੇ ਸਾਰੇ ਸੇਵਾ ਜਿਹੜੀ ਗੁਰੂ ਘਰ ਦੀ ਕਰੀਏ, ਜਿੰਨੀ ਜਿੰਨੀ ਕਿਸੇ ਦੀ ਸਮਰਥਾ ਉਹਦੇ ਮੁਤਾਬਕ। ਮੈਂ ਸਾਰੀਆਂ ਸੰਗਤਾਂ ਨੂੰ ਫਿਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ, ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਸਾਡੇ ਕੋਲ ਸਾਡੇ ਸਿਰ 'ਤੇ ਹੱਥ ਰੱਖਿਆ ਅਤੇ ਉਹ ਸੇਵਾ ਆਪ ਉਹਨਾਂ ਲਈ ਹੈ, ਅਤੇ ਗਾਂਹ ਵੀ ਇਸੇ ਤਰ੍ਹਾਂ ਸਾਡੇ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ, ਸਿਮਰਨ ਸੇਵਾ ਸਾਡੀ ਚੱਲਦੀ ਰਹੇ। ਸਾਨੂੰ